ਸ੍ਰੀ ਅਕਾਲ ਪਿਆਰੇ ਬੱਚਿਓ, ਕ੍ਰੀਏਟਿਵ ਗੁਰੂ ਜੀ ਤੁਹਾਨੂੰ ਤੁਹਾਡਾ ਸਵਾਗਤ ਹੈ। ਅਸੀਂ 10ਵੀਂ ਕਲਾਸ ਦੀ ਸਾਇੰਸ ਦੇ ਇੰਪੋਰਟੈਂਟ ਕੁਐਸਚਨਸ ਦੀ ਲੜੀ ਦੇ ਅਗਲੇ ਕੁਐਸਚਨ ਨੂੰ ਕਰਨ ਜਾ ਰਹੇ ਹਾਂ। ਇਹ ਸਾਰੇ ਕੁਐਸਚਨ ਤੁਹਾਨੂੰ ਪੇਪਰ ਵਿੱਚ ਚੰਗੇ ਨੰਬਰ ਲੈਣ ਵਿੱਚ ਮਦਦ ਕਰਨਗੇ। ਬੱਚਿਓ, ਸਾਰੇ ਕੁਐਸਚਨ ਅਨਸਰ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਹਨਾਂ ਵੀਡੀਓਜ਼ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਿਆ ਕਰੋ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਇਸ ਨਵੇਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਓਵਰਲੋਡਿੰਗ ਤੋਂ ਕੀ ਭਾਵ ਹੈ? ਇਸ ਤੋਂ ਬਚਣ ਲਈ ਸਾਵਧਾਨੀਆਂ ਲਿਖੋ। ਉੱਤਰ ਓਵਰਲੋਡਿੰਗ ਇੱਕ ਹੀ ਸਾਕੇਟ ਵਿੱਚ ਬਹੁਤ ਸਾਰੇ ਬਿਜਲੀ ਜੰਤਰ ਲਗਾਉਣ ਨਾਲ ਦਿੱਤੀ ਜਾ ਰਹੀ ਵੋਲਟੇਜ ਵਿੱਚ ਅਚਾਨਕ ਬਾਦੇ ਨੂੰ ਓਵਰਲੋਡਿੰਗ ਆਕਦੀ ਹੈ ਜਿਸ ਤਰ੍ਹਾਂ ਸਾਨੂੰ ਇਸ ਐਨੀਮੇਸ਼ਨ ਦੇ ਵਿੱਚ ਦਿਖ ਰਿਹਾ ਹੈ ਕਿ ਇੱਕ ਹੀ ساکਟ ਵਿੱਚ ਬਹੁਤ ਸਾਰੇ ਉਪਕਰਨ ਇਕੱਠੇ ਲੱਗੇ ਹੋਏ ਆ ਜਿਸ ਤਰ੍ਹਾਂ ਫ੍ਰਿਜ ਹੈ ਫੈਨ ਹੈ ਟੇਬਲ ਫੈਨ ਹੈ ਕੰਪਿਊਟਰ ਹੈ ਇਹ ਸਾਰੇ ਇੱਕ ਹੀ ساکਟ ਵਿੱਚ ਲੱਗੇ ਆ ਤਾਂ ਇਸ ساکਟ ਦੇ ਵਿੱਚ ਕੀ ਹੋ ਜਾਊਗੀ ਓਵਰਲੋਡਿੰਗ ਹੋ ਜਾਊਗੀ ਜਦੋਂ ਆਪਾਂ ਬਹੁਤ ਸਾਰੇ ਉਪਕਰਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਇੱਕ ਹੀ ਸਾਕਟ ਵਿੱਚ ਲਗਾ ਦਿੰਦੇ ਆ ਤਾਂ ਉਸ ਦੇ ਵਿੱਚ ਕੀ ਹੋ ਜਾਂਦੀ ਆ ਓਵਰਲੋਡਿੰਗ ਹੋ ਜਾਂਦੀ ਹੈ ਸਾਵਧਾਨੀਆਂ ਇੱਕ ਸਾਕਟ ਵਿੱਚ ਬਹੁਤ ਸਾਰੇ ਉਪਕਰਨ ਨਹੀਂ ਚਲਾਉਣੇ ਚਾਹੀਦੇ ਜਿਸ ਤਰ੍ਹਾਂ ਸੀ ਪਿੱਛੇ ਐਨੀਮੇਸ਼ਨ ਦੇ ਵਿੱਚ ਦੇਖਿਆ ਹੈ ਕਿ ਬਹੁਤ ਸਾਰੇ ਉਪਕਰਨ ਇੱਕ ਹੀ ਸਾਕਟ ਵਿੱਚ ਲਗਾਏ ਹੋਇਆ ਇਸ ਤਰ੍ਹਾਂ ਸਾਨੂੰ ਕਦੇ ਨਹੀਂ ਕਰਨਾ ਚਾਹੀਦਾ ਇੱਕ ਹੀ ਸਾਕਟ ਵਿੱਚ ਬਹੁਤ ਸਾਰੇ ਉਪਕਰਨ ਨਹੀਂ ਲਗਾਉਣੇ ਚਾਹੀਦੇ ਇਸ ਤਰ੍ਹਾਂ ਕਰਾਂਗੇ ਤਾਂ ਓਵਰਲੋਡਿੰਗ ਹੋ ਜਾਊਗੀ ਅਗਰ ਇਸ ਤਰ੍ਹਾਂ ਸੀ ਨਹੀਂ ਕਰਦੇ ਤਾਂ ਓਵਰਲੋਡਿੰਗ ਹੋਣ ਦੇ ਚਾਂਸਸ ਘਟ ਜਾਂਦੇ ਦੂਸਰਾ ਉੱਚ ਬਿਜਲੀ ਊਰਜਾ ਪ੍ਰਾਪਤ ਕਰਨ ਵਾਲੇ ਜੰਤਰ ਜਿਵੇਂ 에어 ਕੰਡੀਸ਼ਨ ਫ੍ਰਿਜ ਪ੍ਰੈਸ ਹੀਟਰ ਗੀਜ਼ਰ ਆਦਿ ਇੱਕ ਸਮੇਂ ਨਹੀਂ ਵਰਤਨੇ ਚਾਹੀਦੇ ਇਹ ਸਾਰੇ ਉਪਕਰਨ ਜਿਹੜੇ ਆ ਇਹ ਜ਼ਿਆਦਾ ਵੋਲਟੇਜ ਲੈਂਦੇ ਆ ਜ਼ਿਆਦਾ ਊਰਜਾ ਲੈਂਦੇ ਆ 에ਅਰ ਕੰਡੀਸ਼ਨਰ ਫ੍ਰਿਜ ਪ੍ਰੈਸ ਹੀਟਰ ਗੀਜ਼ਰ ਇਹ ਸਾਰੇ ਬਹੁਤ ਜ਼ਿਆਦਾ ਊਰਜਾ ਤੇ ਬਹੁਤ ਜ਼ਿਆਦਾ ਵੋਲਟੇਜ ਲੈਂਦੇ ਨੇ ਇਸ ਕਰਕੇ ਇਹਨਾਂ ਸਾਰਿਆਂ ਨੂੰ ਇਕੱਠੇ ਨਹੀਂ ਚਲਾਉਣਾ ਚਾਹੀਦਾ ਜੇ ਅਸੀਂ ਇਹਨਾਂ ਸਾਰਿਆਂ ਨੂੰ ਇਕੱਠੇ ਚਲਾਉਂਦੇ ਆ ਤਾਂ ਮੇਨ ਸਰਕਟ ਦੇ ਵਿੱਚ ਓਵਰਲੋਡਿੰਗ ਹੋ ਸਕਦੀ ਹੈ ਤੀਸਰਾ ਹਰੇਕ ਬਿਜਲੀ ਉਪਕਰਨ ਦਾ ਵੱਖਰਾ ਫਿਊਜ਼ ਹੋਣਾ ਚਾਹੀਦਾ ਇਹ ਸਭ ਤੋਂ ਬੈਸਟ ਤਰੀਕਾ ਹੈ ਓਵਰਲੋਡਿੰਗ ਨੂੰ ਪ੍ਰੋਟੈਕਟ ਕਰਨ ਦਾ ਕਿ ਹਰੇਕ ਉਪਕਰਨ ਦਾ ਵੱਖਰਾ-ਵੱਖਰਾ ਫਿਊਜ਼ ਹੋਵੇ ਅਗਰ ਕਿਸੇ ਉਪਕਰਨ ਦੇ ਵਿੱਚ ਕਦੇ ਓਵਰਲੋਡਿੰਗ ਹੋ ਵੀ ਗਈ ਤਾਂ ਬਾਕੀ ਉਪਕਰਨਾਂ ਨੂੰ ਬਾਕੀ ਸਾਰੇ ਬਿਜਲੀ ਸਰਕਟ ਨੂੰ ਨੁਕਸਾਨ ਨਾ ਪਹੁੰਚੇ ਇੰਪੋਰਟੈਂਟ ਕੁਐਸਚਨ ਪ੍ਰਸ਼ਨ ਬਿਜਲੀ ਸ਼ਾਰਟ ਸਰਕਟ ਕਦੋਂ ਹੁੰਦਾ ਹੈ ਉੱਤਰ ਜਦੋਂ ਕਿਸੇ ਘਰੇਲੂ ਸਰਕਟ ਵਿੱਚ ਲਾਈਟ ਤਾਰ ਅਤੇ ਨਿਊਟਰਲ ਤਾਰ ਆਪਸ ਵਿੱਚ ਜੁੜ ਜਾਂਦੀਆਂ ਹਨ ਤਾਂ ਸਰਕਟ ਵਿੱਚ ਬਿਜਲੀ ਧਾਰਾ ਬਹੁਤ ਵਧੇਖ ਹੋ ਜਾਂਦੀ ਹੈ ਜਿਸ ਨੂੰ ਸ਼ਾਰਟ ਸਰਕਟ ਕਹਿੰਦੇ ਹਨ ਕੀ ਹੁੰਦਾ ਹੈ ਜਦੋਂ ਲਾਈਟ ਤਾਰ ਅਤੇ ਨਿਊਟਰਲ ਤਾਰ ਆਪਸ ਦੇ ਵਿੱਚ ਜੁੜ ਜਾਂਦਾ ਕਰੰਟ ਦੀ ਕੀਮਤ ਬਿਜਲੀ ਧਾਰਾ ਦੀ ਕੀਮਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਥੋੜੇ ਜਿਹੇ ਸਮੇਂ ਦੇ ਵਿੱਚ ਉਸ ਦੇ ਕਰਕੇ ਇੱਕ ਸ਼ਾਰਟ ਸਰਕਟ ਹੋ ਜਾਂਦਾ ਕਹਿੰਦੇ ਇਹ ਸਾਰੇ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ ਸ਼ਾਰਟ ਸਰਕਟ ਕਹਿੰਦੇ ਆ ਜਿਸ ਤਰ੍ਹਾਂ ਸਾਨੂੰ ਛੋਟੀ ਜਿਹੀ ਐਨੀਮੇਸ਼ਨ ਦੇ ਵਿੱਚ ਵੀ ਦਿਖ ਰਿਹਾ ਕਿ ਐਕਚੁਅਲ ਦੇ ਵਿੱਚ ਜਦੋਂ ਸ਼ਾਰਟ ਸਰਕਟ ਹੁੰਦਾ ਹੈ ਤਾਂ ਕਿਸ ਤਰ੍ਹਾਂ ਸਾਡੇ ਕੋਲ ਐਕਸਪਲੋਜ਼ਨ ਹੋ ਰਿਹਾ ਹੈ ਸ਼ਾਰਟ ਸਰਕਟ ਕਦੇ-ਕਦੇ ਤਾਂ ਇੰਨਾ ਭਿਆਨਕ ਹੁੰਦਾ ਹੈ ਕਿ ਕਈ ਵਾਰੀ ਪੂਰੀ ਬਿਲਡਿੰਗ ਨੂੰ ਹੀ ਜਲਾ ਦਿੰਦਾ ਅੱਗ ਲੱਗ ਜਾਂਦੀ ਹੈ ਬਿਲਡਿੰਗ ਦੇ ਵਿੱਚ ਜਾਂ ਇੱਕ ਫਲੋਰ ਦੇ ਉੱਤੇ ਪੂਰੀ ਤਰ੍ਹਾਂ ਅੱਗ ਲੱਗ ਜਾਂਦੀ ਜਾਂ ਘਰ ਦੇ ਵਿੱਚ ਪੂਰੀ ਤਰ੍ਹਾਂ ਅੱਗ ਲੱਗ ਜਾਂਦੀ ਹੈ ਠੀਕ ਹੈ ਅਗਰ ਇਹ ਪ੍ਰਸ਼ਨ 2 ਨੰਬਰ ਦੇ ਵਿੱਚ ਜਾਂ 3 ਨੰਬਰ ਦੇ ਵਿੱਚ ਆਉਂਗੇ ਤਾਂ ਇਹ ਇਕੱਲਾ ਇਕੱਲਾ ਕੁਐਸਚਨ ਆਊਗਾ ਅਗਰ ਇਹ ਪ੍ਰਸ਼ਨ 5 ਨੰਬਰ ਦੇ ਵਿੱਚ ਆਉਂਗੇ ਇਹ ਦੋਨੋਂ ਹੀ ਪ੍ਰਸ਼ਨ ਇਕੱਠੇ ਆ ਸਕਦੇ ਆ ਕਿਸ ਤਰ੍ਹਾਂ ਪ੍ਰਸ਼ਨ 1 ਓਵਰਲੋਡਿੰਗ ਤੋਂ ਕੀ ਭਾਵ ਹੈ ਇਸ ਤੋਂ ਬਚਣ ਲਈ ਸਾਵਧਾਨੀਆਂ ਲਿਖੋ ਪ੍ਰਸ਼ਨ 2 ਬਿਜਲੀ ਸ਼ਾਰਟ ਸਰਕਟ ਕਦੋਂ ਹੁੰਦਾ ਹੈ ਵੀਡੀਓ ਇਥੇ ਖਤਮ ਹੁੰਦੀ ਹੈ ਅਸ ਕਰਦਾ ਹੈ ਕਿ ਤੁਹਾਨੂੰ ਇਸ ਵੀਡੀਓ ਵਿੱਚ ਸਮਝਾਏ ਪ੍ਰਸ਼ਨ ਉੱਤਰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਬਤਵਾਰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਪ੍ਰਸ਼ਨ ਉੱਤਰ ਮੈਂ ਤੁਹਾਨੂੰ ਸਮਝਾਉਂਦਾ ਰਹੂੰਗਾ ਪੜੋ ਲਿਖੋ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਹੁਣ ਲਈ ਅਲਵਿਦਾ ਮਿਲਦੇ ਆਂ ਅਗਲੀ ਵੀਡੀਓ